ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਚੈਨਲ 'ਤੇ ਟਰੈਕਟਰ ਫੈਨ 'ਤੇ। ਅੱਜ ਆਪਾਂ ਪਹੁੰਚੇ ਹਾਂ ਜੀ ਸਵੱਧੀ ਕਲਾਂ ਪਿੰਡ ਮਾਲਵਾ ਟਰੈਕਟਰਸ, ਜਿਹੜੇ ਹੈਗੇ ਆ ਪੂਰੇ ਵਰਲਡ ਦੇ ਵਿੱਚ ਹੀ ਮਸ਼ਹੂਰ ਹੈ ਮਾਲਵਾ ਟਰੈਕਟਰਸ। ਅਤੇ ਜਿਹੜੇ ਆਹ ਉਹਨਾਂ ਨੇ ਟਰੈਕਟਰਸ ਤਿਆਰ ਕੀਤੇ ਆ ਉਹਨਾਂ ਦੀ ਇੱਕ ਝਲਕ, ਅਤੇ ਤੁਹਾਨੂੰ ਦੱਸਾਂਗੇ ਇਹਨਾਂ ਟਰੈਕਟਰਾਂ ਬਾਰੇ। ਠੀਕ ਹੈ ਜੀ, ਆਹ ਮੈਸੀ ਫਰਬੂਸ਼ਨ 35 ਹੈ ਜੀ, ਇਹ 1987 ਮਾਡਲ। ਇਹ ਆਪਣੇ ਜੱਗਾ ਬਾਈ ਹੈ ਜਿਹੜੇ ਕਿ ਮਾਲਵਾ ਟਰੈਕਟਰਸ ਦੇ ਓਨਰ ਨੇ, ਜਿਹੜੇ ਇਸ ਵਰਕਸ਼ਾਪ ਨੂੰ ਚਲਾ ਰਹੇ ਨੇ। ਅਤੇ ਆਪਣੇ ਦੱਸੋਗੇ ਜੀ ਇਹ ਟਰੈਕਟਰ ਬਾਰੇ ਦੱਸੋ ਜੀ। ਇਹ 1987 ਮਾਡਲ ਟਰੈਕਟਰ ਹੈ ਜੀ। ਅੱਛਾ ਜੀ, ਫਰਬੂਸ਼ਨ ਅਤੇ ਪੁਰਾਣਾ ਟਰੈਕਟਰ ਸੀ। ਇਹਨਾਂ ਦਾ ਪਿੰਡ ਆ ਦਾਦੂਵਾਲ। ਅੱਛਾ ਜੀ, ਜਲੰਧਰ ਤੋਂ ਫਗਵਾੜਾ ਰੋਡ ਦੇ ਉੱਪਰ ਪੈਂਦਾ। ਇਹ ਕਿੰਨਾ ਕੋਲ 3620 ਆ, ਇੱਕ ਆਹ ਮੈਸੀ ਸੀਗਾ। ਇਹਨੂੰ ਦੁਨੀਆਂ ਤਿਆਰ ਕਰਾ ਕੇ ਕੈਨੇਡਾ ਲੈ ਕੇ ਜਾਣੇ ਆ ਜੀ। ਕੈਨੇਡਾ ਲੈ ਕੇ ਜਾਣੇ ਆ। ਅਤੇ ਆਪਣੇ ਜੀ ਕਿੰਨਾ ਖਰਚਾ ਆਇਆ ਹੈਗਾ ਜਿਹੜਾ ਕਿ ਟਰੈਕਟਰ ਤੋਂ ਬਿਨਾਂ ਜਿਹੜਾ ਉੱਤੇ? ਇਹਦੇ 'ਤੇ ਸਾਡਾ 4.5 ਲੱਖ ਰੁਪਇਆ ਖਰਚਾ ਆ ਚੁੱਕਿਆ। ਚਾਰੇ ਟਾਇਰ ਨਵੇਂ ਪਾਏ ਆ, ਇੰਜਣ ਦੀ ਜੋਬ ਮੂਲਾ ਹਿੱਸਾ ਕੰਡਮ ਸੀਗਾ ਉਹ ਨਵਾਂ ਪਾਇਆ, ਹੱਬਾਂ ਨਵੀਆਂ ਪਾਈਆਂ। ਠੀਕ ਹੈ ਜੀ, ਚਾਰੇ ਰੈਮ ਨਵੇਂ ਪੈ ਗਏ ਇਹਦੇ, ਇੰਜਣ ਦੀ ਓਵਰਹਾਲ ਦੀ ਜੋਬ ਹੋ ਗਈ, ਗੇਅਰ ਦੀ ਓਵਰਹਾਲ ਜੋਬ ਹੋ। ਤੇ ਜਿਹੜਾ ਇਹਦਾ ਜੀ ਪੇਂਟ ਦਾ, ਇਕੱਲੇ ਪੇਂਟ ਦਾ ਕੀ ਖਰਚਾ ਜੀ? ਅਸੀਂ ਫਿਲਹਾਲ 1.25 ਲੱਖ ਰੁਪਈਏ ਦੀ ਪੇਂਟ ਦੀ ਜੋਬ ਕਰ ਰਹੇ ਹਾਂ ਜੀ, ਜਿਹੜੀ ਆਹ 6ਵੇਂ ਮਹੀਨੇ 'ਚ ਕੀਤਾ ਜੀ। ਠੀਕ ਹੈ ਜੀ, ਜਿਹੜਾ ਇਸ ਤੋਂ ਪਹਿਲਾਂ ਚੱਲਦਾ ਸੀਗਾ ਉਹ 1 ਲੱਖ ਰੁਪਈਆ ਰੇਟ ਸੀਗਾ। ਦੋਸਤੋ ਇਹ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਵੀ ਕਈ ਲੋਕ ਆਪਾਂ ਨੂੰ ਕਮੈਂਟ ਵੀ ਕਰਨਗੇ, ਇਹ ਕਹਿਣਗੇ ਵੀ ਜੀ ਇਹ ਖਾਸ ਇਹ ਰੰਗ ਦੇ ਵਿੱਚ ਇਹਦਾ ਕੀ ਖਾਸ ਹੈ ਵੀ ਜਿਹੜਾ ਇਹਦਾ ਇੰਨਾ ਪ੍ਰਾਈਜ਼ ਹੈ ਜੀ। ਅਤੇ ਜਿਹੜਾ ਮੈਂ ਇਹਨਾਂ ਦਾ ਕੰਮ ਦੇਖਿਆ ਜੀ, ਜਿਹੜੀ ਮਿਹਨਤ ਹੈ ਜੀ, ਮਿਹਨਤ ਇਹਨਾਂ ਕੋਲ, ਤੁਹਾਡੇ ਕੋਲ ਕਿੰਨੇ ਬੰਦੇ ਕੰਮ ਕਰਦੇ ਜੀ? 15 ਬੰਦੇ। ਜਿਹੜਾ ਰੰਗ ਦੀ ਕੁਆਲਿਟੀ ਹੈ ਜੀ, ਅਤੇ ਇਹ ਕਿਹੜਾ ਰੰਗ ਵੱਜਦਾ ਜੀ? ਰੰਗ ਸਾਰੀ 2K ਦੀ ਜੋਬ ਆ ਜੀ, ਸਾਰੀ ICI 2K ਜੋਬ ਕਰਦੇ ਹਾਂ ਜੀ। ਠੀਕ ਹੈ, ਓਕੇ। ਅਤੇ ਤਾਂ ਕਰਕੇ ਜੀ ਦੇਖੋ ਹੁਣ ਕੁਆਲਿਟੀ ਦਾ ਹੀ ਪੈਸਾ ਹੁੰਦਾ ਹੈਗਾ। ਠੀਕ ਹੈ ਜੀ, ਇਹ ਸਾਰਾ ਟਰੈਕਟਰ ਮੈਂ ਤੁਹਾਨੂੰ ਦਿਖਾਉਣਾ ਹੈਗਾ, ਆਹ ਦੇਖੋ ਜੀ। ਹੁਣ ਇਹਦੀ ਆਹ ਦੇਖੋ, ਇੱਧਰੋਂ ਆਹ ਦੇਖੋ ਇਹਦੀ ਪੇਂਟ ਦੀ, ਸਹੀ ਹੈ ਜੀ। ਛੋਟੀਆਂ ਖਬਰਾਂ ਫੜ ਲਓ ਅਖਬਾਰ ਦੀਆਂ। ਸਹੀ ਹੈ, ਸਹੀ ਹੈ, ਮੂੰਹ ਦਿਖਦਾ ਜੀ, ਆਹ ਵਾਕਈ ਦਿਖਦਾ ਜੀ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਠੀਕ ਹੈ ਜੀ, ਬਸ ਇਸੇ ਚੀਜ਼ ਦਾ ਹੀ ਪੈਸਾ ਹੈ ਜੀ। ਆਹ ਪਿੱਛੋਂ ਦੇਖੋ ਇਹਦੀ ਕੁਆਲਿਟੀ, ਜਿੱਦਾਂ ਆਪਾਂ ਸ਼ੋ ਚਮਕਦੀ ਆ ਸਾਡੀ ਮੇਨ, ਉਦਾਂ ਹੀ ਬਾਡੀ ਚਮਕਦੀ ਆ ਬਸ। ਸਹੀ ਹੈ ਜੀ, ਮੇਨ ਫਿਨਿਸ਼ਿੰਗ ਆ ਉਦਾਂ ਹੀ ਬਾਡੀ। ਹਾਂ, ਇਹ ਤਾਂ ਥੋੜੇ ਜਿਹੇ ਮੈਲੇ ਹੋਏ ਖੜੇ ਮਿੱਟੀ ਆ ਕਰਕੇ। ਆ ਜਿਹੜਾ ਇਹਨਾਂ ਦਾ ਨੰਬਰ ਹੈ ਜੀ, ਉਹ ਆਹ ਵਾਲਾ ਨੰਬਰ ਹੈ ਜੀ ਜੀ ਜੀ। ਤੇ ਤੁਹਾਨੂੰ ਮੈਂ ਇੱਕ ਟਰੈਕਟਰ ਇਹਨਾਂ ਕੋਲੇ ਹੋਰ ਖੜਾ ਹੈ ਜੀ, ਉਹ ਵੀ ਦਿਖਾਉਂਗਾ ਜੀ, ਤੁਹਾਨੂੰ ਮੈਂ ਦੱਸਦਾ ਉਹਦੇ ਬਾਰੇ ਵੀ। ਇਹਦੀ ਆਵਾਜ਼ ਤੁਹਾਨੂੰ ਸਾਊਂਡ ਸਾਊਂਡ ਸੁਣਾਇਓ ਜੀ, ਆਵਾਜ਼ ਸੁਣਾਓ ਜੀ, ਇਹਦੀ ਆਵਾਜ਼ ਸੁਣਾਓ। ਦੇਖੋ ਜੀ, ਨਹੀਂ ਰੀਸਾਂ ਸਾਊਂਡ ਦੀਆਂ, ਦੇਖੋ ਜੀ। ਕਿਆ ਬਾਤ ਹੈ, ਬਹੁਤ ਵਧੀਆ ਸਾਊਂਡ ਹੈ ਜੀ ਟਰੈਕਟਰ ਦੀ ਤਾਂ। ਸਾਰਾ ਇੰਜਣ ਓਵਰਹਾਲ ਕਰਿਆ ਜੀ। ਠੀਕ ਹੈ, ਓਕੇ। ਆਪਣੀ ਖਾਸੀਅਤ ਹੈ ਵੀ ਅਸੀਂ ਕੱਲੀ ਹੈਡਰੋਲ ਫਰੀ ਲੈਫਟ ਦੀ ਜੋਬ ਜਾਂ ਖਰਾਬ ਦੀ ਜੋਬ ਸਾਰਾ ਕਰਾਉਂਦੇ ਹਾਂ, ਬਾਕੀ ਸਾਰਾ ਕੰਮ ਆਪ ਕਰਦੇ ਹਾਂ, ਹੱਥੀਂ ਕਰਦੇ ਹਾਂ। ਇੰਜਣ ਰੂਮ ਦੀ ਖਾਤਰ ਵੀ ਆਪਣਾ ਏਸੀ ਲੱਗਿਆ ਹੋਇਆ। ਠੀਕ ਹੈ, ਠੀਕ ਹੈ। ਅਤੇ ਗੇਅਰ ਲੈਫਟ ਬਣਦੀ ਉਹ ਵੀ ਉਸਦਾ ਸਾਰਾ ਠੰਡੇ ਦਿਮਾਗ ਨਾਲ, ਠੰਡੇ ਨਾਲ ਕੰਮ ਕਰਦੇ ਹਾਂ। ਸਹੀ ਹੈ, ਸਹੀ ਹੈ। ਕੋਈ ਤੇਜ਼ੀ ਨਹੀਂ ਵੱਜਦੇ ਨਾ ਹੀ ਕਿਸੇ ਨੂੰ ਕਹਿੰਦੇ ਹਾਂ ਵੀ ਸਾਨੂੰ ਇਹਨੂੰ ਬੰਦ ਕਰੋ ਜੀ ਟਰੈਕਟਰ ਨੂੰ। ਅਤੇ ਇੱਕ ਦੋਸਤੋ ਤੁਹਾਨੂੰ ਆਹ ਦਿਖਾਉਣਾ ਹੈ ਜੀ, ਫੋਰਡ 3600, ਇਹਦੇ ਬਾਰੇ ਦੱਸੋ ਜੀ। ਇਹ 1991 ਮਾਡਲ ਆ ਜੀ। ਅੱਛਾ ਜੀ, ਠੀਕ ਹੈ ਜੀ। ਇਹ ਮੇਰੇ ਗਵਾਂਢ ਪਿੰਡ ਆ ਜੀ ਲੀਹਾਂ। ਅੱਛਾ ਜੀ, ਠੀਕ ਆ। ਕੈਲੇ ਗੋਤਾ ਵੀਰ ਹੋਣਾ ਦਾ, ਠੀਕ ਹੈ ਜੀ। ਇਹ ਸੋਈਅਸ ਪੈਂਦਾ ਜੀ ਵੈਨਕੂਵਰ ਤੇ ਤੋਂ ਅੱਗੇ 450 ਕਿਲੋਮੀਟਰ ਸੋਈਅਸ ਦਾ ਅੱਡਾ ਪੈਂਦਾ ਜੀ। ਅੱਛਾ ਜੀ, ਓਕੋ ਨਾਗਨੀ ਕੋਈ ਜਗ੍ਹਾ ਦਾ ਨਾਮ ਆ। ਅੱਛਾ, ਉੱਥੇ ਉਹਨਾਂ ਦਾ ਲੀਚੀ ਦਾ ਅਤੇ ਐਪਲ ਦਾ ਅਤੇ ਅੰਗੂਰ ਦਾ ਫਾਰਮ ਆ ਜੀ। ਓਕੇ ਜੀ, ਅਤੇ ਮੈਂ ਇੱਕ ਹੀ ਵਾਹਿਗੁਰੂ ਨੇ ਕਿਰਪਾ ਕਰੀ ਸੀ, ਜਾ ਕੇ ਆਇਆ ਸੀ ਘਰ ਮੈਂ ਅਤੇ ਬਲਕਾਰ ਧਾਲੀ ਵਾਲਾ। ਠੀਕ ਹੈ ਜੀ ਵੀਰ ਜੀ, ਉਹ ਜਿਹੜੇ ਓਕੇ ਹਾਂ ਬੁਰਾ ਟਰੇਟਰ ਵਾਲਿਆਂ ਦੇ ਸਾਡੇ ਜਿਨ੍ਹਾਂ ਦੇ ਹੈਂਡਓਵਰ ਆ। ਠੀਕ ਹੈ ਜੀ, ਅਤੇ ਇਹ ਮੰਨ ਲਓ ਇਹ ਵੀ ਕੈਨੇਡਾ ਜਾਣਾ ਜੀ। ਇਹ ਵੀ ਕੈਨੇਡਾ ਜਾਣਾ ਜੀ। ਠੀਕ ਹੈ, ਠੀਕ ਹੈ। ਇਹ 'ਤੇ ਕਿੰਨਾ ਟੋਟਲ ਖਰਚਾ ਆਇਆ ਜੀ? 7.5 ਲੱਖ ਰੁਪਇਆ ਜੀ ਖਰਚਾ ਬਣਿਆ ਜੀ ਇਹਦਾ। ਇਹਦਾ 7.5 ਲੱਖ ਰੁਪਇਆ, ਚਾਰੇ ਇਹਦੇ ਵੀ ਟਾਇਰ ਪਾਇਆ, ਮੂਹਰੇ ਲਾਏ ਪਾਇਆ। ਮੰਨ ਲਓ ਜੀ ਟਰੈਕਟਰ ਤੋਂ ਬਿਨਾਂ 7.5 ਲੱਖ। ਹਾਂਜੀ, ਸਟੀਅਰਿੰਗ ਵੀ ਕੀਤਾ ਇਹ। ਠੀਕ ਹੈ ਜੀ, ਠੀਕ ਹੈ।
ਉਸ ਤੋਂ ਬਾਅਦ ਸਾਰਾ ਇੰਜਨ ਇਹ 뮤직 ਸਿਸਟਮ ਦਾ ਵੀ ਵਿੱਚ ਹੀ ਖਰਚਾ ਹੈਗਾ ਮਿਊਜ਼ਿਕ ਸਿਸਟਮ ਵਿੱਚ ਇਹ ਕੁੱਕੀ ਹਾਂਜੀ ਹਾਂਜੀ ਕੁੱਕੀ ਕੁੱਕੀ ਵਾਲੇ ਤੋਂ ਜੀ ਹਾਂਜੀ ਬਹੁਤ ਫੇਮਸ ਹੈ ਜੀ ਇਹ ਦੇਖੋ ਜੀ ਜਿਹੜਾ ਰੰਗ ਦੀ ਕੁਆਲਿਟੀ ਹੈ ਨਾ ਜੀ ਉਹ ਤਾਂ ਬਸ ਤੁਸੀਂ ਪੁੱਛੋ ਹੀ ਨਾ ਜੀ ਇੰਨੀ ਸਿਰਾ ਕੁਆਲਿਟੀ ਹੈ ਇਹਦਾ ਕੀ ਖਰਚਾ ਹੈ ਜੀ ਪੇਂਟ ਪੇਂਟ ਦਾ ਇਹ 1.25 ਲੱਖ ਰੁਪਈਆ ਹੈ ਜੀ ਇਹਦਾ ਵੀ ਠੀਕ ਹੈ ਜੀ 1.25 ਇਹ ਤੁਹਾਨੂੰ ਮੈਂ ਦੋਸਤੋ ਦਿਖਾਉਣਾ ਹੈਗਾ ਇੱਧਰੋਂ ਦੇਖੋ ਤੁਸੀਂ ਮਗਰਲੇ ਪਾਸਿਓਂ ਫਿਨਿਸ਼ਿੰਗ ਜਿਹੜੀ ਹੈ ਨਾ ਜੀ ਉਹ ਬਹੁਤ ਵਧੀਆ ਹੈ ਠੀਕ ਹੈ ਜੀ ਆਹ ਕੁੱਕੀ ਵਾਲਿਆਂ ਦਾ ਜੀ ਤੁਸੀਂ ਇਹਨਾਂ ਨੂੰ ਵੀ ਕਾਲ ਕਰ ਸਕਦੇ ਹੋ ਆਹ ਉਹਨਾਂ ਨੇ ਲਿਖਿਆ ਵੀ ਹੈਗਾ ਹਾਂਜੀ ਕੈਲੇ ਫਰੂਟ ਮਾਰਕੀਟ ਠੀਕ ਹੈ ਠੀਕ ਹੈ ਜੀ ਇਹ ਕੈਨੇਡਾ ਦਾ ਐਡਰੈਸ ਹੈ ਜੀ ਤੇ ਆਹ ਦੇਖੋ ਜੀ ਮਾਲਵਾ ਟਰੈਕਟਰਸ ਸਬੰਧੀ ਕਰਾ 98782087 ਹਾਂਜੀ ਠੀਕ ਹੈ ਇਹਨੂੰ ਤਾਂ ਤਕਰੀਬਨ 2 ਮਹੀਨੇ ਤੋਂ ਵੱਧ ਤਿਆਰ ਹੋ ਗਿਆ ਖੜੇ ਨੂੰ ਠੀਕ ਹੈ ਕਿਉਂਕਿ 3 ਟਰੈਕਟਰ ਇਕੱਠੇ ਹੋਣ ਇਕੱਠੇ ਹੋਏ ਆ ਕਾਹ ਟਰੈਕਟਰ ਤਿਆਰ ਹੋਇਆ ਠੀਕ ਹੈ ਜੀ ਇੱਕ ਗੋਪਾਰਾਮਾ ਕਲਾਂ ਦਾ ਟਰੈਕਟਰ ਤਿਆਰ ਹੋਇਆ ਉਹ ਵੀ ਦਿਖਾਵਾਂਗੇ ਜੀ ਇਹ ਮੇਰੇ ਦੋਸਤ ਦੀ ਜੀਪ ਆ ਜੀ ਠੀਕ ਹੈ ਇਹ ਸਾਰੇ ਭੇਜਣੇ ਆ ਸਾਰੇ ਕੱਲਣੇ ਆ ਇਹ ਜਦੋਂ ਤੁਸੀਂ ਆਪਣੇ ਕੋਲ ਮੇਰੇ ਕੋਲ ਆ ਸਾਲ ਦੇ 10 ਟਰੈਕਟਰ ਆ ਜੀ ਤੁਸੀਂ ਬਾਹਰ ਜਾ ਜਦੋਂ ਤੁਸੀਂ ਜੀ ਟਰੈਕਟਰ ਬਾਹਰ ਭੇਜੋਗੇ ਤੇ ਸਾਨੂੰ ਵੀਡੀਓ ਬਣਾ ਕੇ ਜ਼ਰੂਰ ਭੇਜਿਓ ਜੀ ਹਾਂ ਜ਼ਰੂਰ ਵਾਹਿਗੁਰੂ ਕਿਰਪਾ ਕਰੇ ਤਾਂ ਜਲਦੀ ਹੋਈ ਬਸ ਨੈਕਸਟ ਵੀਕ ਦੇ ਵਿੱਚ ਆਪਾਂ ਟਰੈਕਟਰ ਤੇ ਆ ਦੇਖੋ ਜੀ ਇਹ ਹੈਗੇ ਆ ਜਿਹੜੇ ਵਰਕਸ਼ਾਪ ਦੇ ਓਨਰ ਆ ਜਿਹੜੇ ਤਿਆਰ ਕਰਦੇ ਆ ਜੀ ਠੀਕ ਹੈ ਆ ਤੁਹਾਨੂੰ ਮੈਂ ਦਿਖਾਉਣਾ ਹੈ ਆਹ ਦੇਖੋ ਜੀ ਤੇ ਦੋਸਤੋ ਮੈਨੂੰ ਜ਼ਰੂਰ ਦੱਸਿਓ ਸੁਣਾਓ ਜੀ ਸਾਊਂਡ ਸੁਣਾਓ ਜੀ ਇਹਨੂੰ ਕਹਿੰਦੇ ਆ ਜੀ ਫੋੜ ਦਾ ਫਕਾਰਾ ਇਹ ਹੈ ਜੀ ਫੋੜ ਦਾ ਫਕਾਰਾ